ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਬਰਕਰਾਰ ਰੱਖਣ ਦੇ ਲਈ ਨਵੀਂ ਰਣਨੀਤੀ ਘੜੀ ਹੈ। ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੇ ਪੂਰੇ ਪੰਜਾਬ ਦੇ ਵਿੱਚ ਵਲੰਟੀਅਰਾਂ ਦੀ ਫੌਜ ਤਿਆਰ ਕਰਨ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਇਸ ਰਣਨੀਤੀ ਤਹਿਤ ਹਰ ਪਿੰਡ ਦੇ ਵਿੱਚੋਂ 10 ਵਲੰਟੀਅਰ ਲਏ ਜਾਣਗੇ ਅਤੇ ਇਸ ਹਿਸਾਬ ਦੇ ਨਾਲ ਪੰਜਾਬ ਦੇ 12,500 ਪਿੰਡਾਂ ਦੇ ਵਿੱਚੋਂ 1,25,000 ਦੇ ਕਰੀਬ ਵਲੰਟੀਅਰ ਚੁਣੇ ਜਾਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵੱਡੀ ਫੌਜ ਪੰਜਾਬ ਭਾਰਤ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੋ ਰਹੀ ਧੱਕੇਸ਼ਾਹੀ ਖਿਲਾਫ ਡਟ ਕੇ ਖੜੇਗੀ। ਦਰਅਸਲ ਪਿਛਲਾ ਇੱਕ ਦਹਾਕਾ ਸੱਤਾ ਦੇ ਵਿੱਚ ਰਹੇ ਅਕਾਲੀ ਦਲ ਖਿਲਾਫ ਅਜੇ ਵੀ ਲੋਕ ਰੋਹ ਦੇ ਵਿੱਚ ਹਨ। ਇਸ ਲਈ ਅਕਾਲੀ ਵਰਕਰਾਂ ਤੇ ਲੀਡਰਾਂ ਉਪਰ ਲਗਾਤਾਰ ਹਮਲੇ ਹੋ ਰਹੇ ਨੇ। ਵਿਧਾਨ ਸਭਾ ਦੇ ਵਿਚ ਹੋਈ ਨਾਮੋਸ਼ੀਜਨਕ ਹਾਰ ਤੋਂ ਬਾਅਦ ਅਕਾਲੀ ਵਰਕਰਾਂ ਦੇ ਹੌਸਲੇ ਹੋਰ ਵੀ ਪਸਤ ਹੋ ਗਏ ਨੇ। ਅਜਿਹੇ ਦੇ ਵਿਚ ਸੁਖਬੀਰ ਬਾਦਲ ਵਰਕਰਾਂ ਦੇ ਵਿਚ ਮੁੜ ਤੋਂ ਜੋਸ਼ ਭਰਨਾ ਚਾਹੁੰਦੇ ਨੇ। ਇਸ ਲਈ ਪਿਛਲੇ ਦਿਨੀ ਸੁਖਬੀਰ ਬਾਦਲ ਖੁਦ ਸੜਕਾਂ ਉਤੇ ਉਤਰੇ ਸਨ, ਪਰ ਇਹ ਬਾਜ਼ੀ ਪੁੱਠੀ ਪੈ ਗਈ ਹੈ। ਪੰਜਾਬ ਪੁਲਿਸ ਨੇ 2,000 ਤੋਂ ਵੱਧ ਅਕਾਲੀਆਂ ਦੇ ਖਿਲਾਫ ਕੇਸ ਦਰਜ ਕੀਤੇ ਨੇ। ਅਗਲੇ ਦਿਨਾਂ ਦੇ ਵਿਚ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਨੇ। ਇਸ ਲਈ ਸੁਖਬੀਰ ਸਿੰਘ ਬਾਦਲ ਨੇ 1,25,000 ਵਲੰਟੀਅਰਾਂ ਦੀ ਫੌਜ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਅਕਾਲੀ ਦਲ ਗ੍ਰਿਫ਼ਤਾਰੀਆਂ ਦੇਣ ਦੇ ਲਈ ਤਿਆਰ ਨੇ, ਜੇਕਰ ਕੈਪਟਨ ਦੇ ਵਿਚ ਹਿੰਮਤ ਹੈ ਤਾਂ ਗ੍ਰਿਫ਼ਤਾਰ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਨੂੰ ਪਰਚਿਆਂ ਜ਼ਰੀਏ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਭੁੱਲ ਗਏ ਨੇ ਕਿ ਪਰਚੇ ਤਾਂ ਅਕਾਲੀ ਦਲ ਦੀ ਖੁਰਾਕ ਹਨ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, KTV।